ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਵੀ ਆਪਣੀ ਰਸੋਈ ਵਿੱਚ ਮੌਜੂਦ ਜਿਹੜੇ ਮਸਾਲੇ ਨੇ ਉਹ ਸਿਰਫ ਸਬਜ਼ੀ ਦਾ ਸਵਾਦ ਹੀ ਨਹੀਂ ਵਧਾਉਂਦੇ ਆਪਣੇ ਸਿਹਤ ਦਾ ਵੀ ਕਈ ਪੱਖੋਂ ਉਹ ਫਾਇਦੇਮੰਦ ਹੁੰਦੇ ਨੇ ਤੇ ਆਪਾਂ ਨੂੰ ਸਵਸਥ ਬਣਾਉਂਦੇ ਨੇ ਅੱਜ ਆਪਾਂ ਗੱਲ ਕਰਾਂਗੇ ਸੌਂਫ ਦੀ ਜੀ ਹਾਂ ਸੌਂਫ ਸੌਂਫ ਮਸਾਲਿਆਂ ਦੇ ਰੂਪ ਵਿੱਚ ਉਹ ਇੱਕ ਹੈ ਜੋ ਆਪਣੇ ਕਰੇਲੂ ਉਪਚਾਰਾਂ ਦੇ ਰੂਪ ਵਿੱਚ ਆਪਾਂ ਵਰਤ ਸਕਦੇ ਹਾਂ ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ਦੇ ਨਾਲ ਨਾਲ ਇਹ ਆਪਣੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਹਾਂਜੀ ਇਹ ਮੋਟਾਪਾ, ਪੇਟ ਦੀ ਬਦਹਜਮੀ, ਇਹਨੂੰ ਸਿਰਖਾਣਾ ਕਿਵੇਂ ਹੈ ਖਾਲੀ ਪੇਟ ਆਓ ਜਾਣਦੇ ਹਾਂ ਕਿਵੇਂ ਖਾਣੇ ਤੇ ਕੀ ਕੀ ਇਸ ਨਾਲ ਠੀਕ ਹੁੰਦਾ ਪਰ ਕੋਈ ਇਹਨੂੰ ਖਾਣੇ ਤੋਂ ਬਾਅਦ ਫੱਕਾ ਮਾਰ ਕੇ ਚ ਬਾਜਪਾ ਕੇ ਖਾਂਦਾ ਉਵੇਂ ਹੀ ਵਧੀਆ ਪਰ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰਾਤ ਨੂੰ ਸੌਣ ਸਮੇਂ ਇੱਕ ਚਮਚ ਪਾਣੀ ਦੇ ਵਿੱਚ ਪਾ ਦਿਓ ਉਤੋਂ ਟੱਕ ਦਿਓ ਸਵੇਰੇ ਇਸ ਦਾ ਪਾਣੀ ਪੀਓ ਇਹਦੇ ਬਹੁਤ ਸਾਰੇ ਫਾਇਦੇ ਨੇ ਜੇਕਰ ਆਪਾਂ ਖਾਲੀ ਪੇਟ ਸਵੇਰੇ ਸੌਂਫ ਦਾ ਪਾਣੀ ਪੀਂਦੇ ਆਂ ਤੇ ਇਹਦੇ ਨਾਲ ਵਜ਼ਨ ਘੱਟ ਹੁੰਦਾ ਬਲਕਿ ਜਿਹੜਾ ਵਜ਼ਨ ਹੈ ਉਹ ਨਿਯੰਤਰਣ ਰੱਖਦਾ ਕਈਆਂ ਨੂੰ ਹੁੰਦਾ ਮੇਰਾ ਵਜ਼ਨ 50 ਹੀ ਰਵੇ ਤੇ ਇਹ ਉਸ ਨੂੰ ਉੱਥੇ ਬਣਾ ਕੇ ਰੱਖਦਾ ਪਰ ਇਸ ਤਾ ਜੋ ਪੀਣਾ ਉਹ ਖਾਲੀ ਪੇਟ ਸਵੇਰੇ ਪੀਣਾ ਫਿਰ ਕੀ ਹੁੰਦਾ ਕਈਆਂ ਨੂੰ ਅੱਖਾਂ ਦਾ ਚਸ਼ਮਾ ਚੜਿਆ ਹੁੰਦਾ ਉਹਨਾਂ ਲਈ ਤਾਂ ਇਹ ਬੜਾ ਕਾਰਗਰ ਕਿਉਂਕਿ ਸੌਂਫ ਦੇ ਪਾਣੀ ਅੰਦਰ ਵਿਟਾਮਿਨ A ਹੁੰਦਾ ਜੋ ਅੱਖਾਂ ਲਈ ਬੜਾ ਵਧੀਆ ਹੁੰਦਾ ਅੱਖਾਂ ਦੀ ਕਮਜ਼ੋਰੀ ਦੂਰ ਕਰਦਾ ਹੈ ਅੱਖਾਂ ਦੇ ਥੱਲੇ ਸੋਜ ਆ ਕੇ ਤੇ ਅੱਖਾਂ ਦੇ ਥੱਲੇ ਕਿੰਨੇ ਕਿੰਨੇ ਮੋਟੇ ਮੋਟੇ ਹੋ ਜਾਂਦੇ ਨੇ ਵੀ ਐਵੇਂ ਮਾਸਿਕ ਖੜਾ ਹੋ ਜਾਂਦਾ ਉਹ ਰੋਜ਼ ਸੌਂਫ ਦਾ ਪਾਣੀ ਪੀਂ ਫਿਰ ਕੀ ਹੁੰਦਾ ਵੀ ਕਈ ਵਾਰ ਆਪਣੇ ਮੂੰਹ ਤੇ ਛਾਈਆਂ ਜਾਂ ਦਾਗ ਦੱਬੇ ਪੈ ਜਾਂਦੇ ਉਹ ਰੋਜ਼ ਸੌਂਫ ਦਾ ਪਾਣੀ ਪੀਂ ਐਵੇਂ ਰੋਜ਼ ਸੌਂਫ ਦਾ ਪਾਣੀ ਪੀਣ ਨਾਲ ਮੂੰਹ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਕਿਉਂਕਿ ਇਹ ਖੂਨ ਸਾਫ਼ ਕਰਦਾ ਵਿੱਚੋਂ ਕਈਆਂ ਨੂੰ ਇਹ ਦਿੱਕਤ ਹੈ ਵੀ ਪ੍ਰਸ਼ਾਦਾ ਪਾਣੀ ਖਾਧਾ ਤੇ ਨਾਲ ਨਾਲ ਢਿੱਡ ਫੁੱਲ ਕੇ ਬਾਹਰ ਆ ਗਿਆ ਇਹ ਕਿਉਂ ਹੁੰਦਾ ਹੈ ਕਿ ਪੇਟ ਵਿੱਚ ਜਿਹੜੀ ਇਹ ਗੈਸ ਬਣ ਜਾਂਦੀ ਹੈ ਬਦਹਜਮੀ ਬਣ ਜਾਂਦੀ ਹੈ ਐਸਿਡਿਟੀ ਹੋ ਜਾਂਦੀ ਹੈ ਤੇ ਉਸ ਸਮੇਂ ਕੀ ਹੈ ਸੌਂਫ ਵਰਤਿਆ ਕਰੋ ਜਿਹੜੀ ਸੌਂਫ ਹੈ ਨਾ ਇਹ ਔਸ਼ਧੀ ਵਾਂਗ ਆਪਣੇ ਅੰਦਰ ਕੰਮ ਕਰਦੀ ਹੈ ਇਹ ਪਾਚਨ ਤੰਤਰ ਨੂੰ ਇੰਨਾ ਮਜ਼ਬੂਤ ਕਰ ਦਿੰਦੀ ਅੰਦਰੋਂ ਇੰਨਾ ਸ਼ਾਂਤ ਕਰ ਦਿੰਦੀ ਏ ਵੀ ਗੈਸ ਬੰਨਾ ਐਸਿਡਿਟੀ ਬੰਨਾ ਐਵੇਂ ਦੇ ਰੋਗ ਜੋ ਨੇ ਉਹ ਕੋਹਾਂ ਦੂਰ ਹੋ ਜਾਂਦੇ ਨੇ ਕਿਉਂਕਿ ਸੋਫ ਦੀ ਤਾਸੀਰ ਉਹ ਠੰਡੀ ਹੁੰਦੀ ਏ ਇਹਨੂੰ ਰਾਤ ਪਰ ਜਦੋਂ ਪਾਣੀ ਚ ਭਿਉ ਕੇ ਰੱਖਦੇ ਆ ਤੇ ਜਿਹੜੇ ਆਪਣੇ ਪੇਟ ਦੇ ਅੰਦਰ ਠੰਡਕ ਵੀ ਮਿਲਦੀ ਜਿਸ ਨਾਲ ਬਦਹਜਮੀ ਤੇ ਪੇਟ ਦੀਆਂ ਕਈ ਸਮੱਸਿਆਵਾਂ ਉਹ ਦੂਰ ਹੋ ਜਾਂਦੀਆਂ ਨੇ ਆਪਣੇ ਵਿੱਚੋਂ ਕਈ ਬੀਬੀਆਂ ਨੂੰ ਕੀ ਹੁੰਦਾ ਹੈ ਵੀ ਜਦੋਂ ਪੀਰੀਅਡਸ ਆਉਂਦੇ ਨੇ ਤਾਂ ਉਦੋਂ ਬੜੀ ਜ਼ਿਆਦਾ ਦਰਦ ਹੁੰਦੀ ਹੈ ਕਮਰ ਦਰਦ ਹੁੰਦੀ ਲੱਤਾਂ ਦੁਖਦੀਆਂ ਨੇ ਕਈ ਵਾਰ ਇੰਨਾ ਦਰਦ ਹੁੰਦਾ ਹੈ ਵੀ ਦਵਾਈਆਂ ਲੈਣ ਦੇ ਬਾਵਜੂਦ ਵੀ ਕੋਈ ਅਸਰ ਨਹੀਂ ਹੁੰਦਾ 10 ਤੋਂ 20% ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਐਵੇਂ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਉਸ ਸਮੇਂ ਸੌਂਫ ਦਾ ਪਾਣੀ ਹਲਕਾ ਜਿਹਾ ਘੋਸਾ ਕਰਕੇ ਤੇ ਪੀਓ ਸੌਂਫ ਦੇ ਜਿਹੜਾ ਆਪਾਂ ਪਾਣੀ ਪੀਵਾਂਗੇ ਇਹ ਨਾਲ ਦਰਦ ਵੀ ਨਹੀਂ ਹੋਵੇਗਾ ਤੇ ਜਿਹੜਾ ਜੋ ਆਪਾਂ ਨੂੰ ਪੀਰੀਅਡਸ ਨੇ ਉਹ ਬੜੇ ਖੁੱਲ ਕੇ ਆਉਣਗੇ ਤੇ ਜਿਸ ਦੇ ਨਾਲ ਸਰੀਰ ਨੂੰ ਕਮਜ਼ੋਰੀ ਵੀ ਨਹੀਂ ਹੋਵੇਗੀ ਜਦੋਂ ਵੀ ਪੀਰੀਅਡਸ ਹੋਣ ਉਦੋਂ ਔਲੇ ਦਾ ਮਰੱਬਾ ਜ਼ਰੂਰ ਖਾਓ ਕਿਉਂਕਿ ਪੀਰੀਅਡਸ ਹੋਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ ਤੇ ਔਲੇ ਦਾ ਮਰੱਬਾ ਉਹ ਕਮੀ ਦੂਰ ਕਰ ਦਿੰਦਾ ਹੈ ਆਪਣੇ ਵਿੱਚੋਂ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ 슈ਗਰ ਹੋ ਜਾਂਦੀ ਤਾਂ ਉਹਦੇ ਲਈ ਕੀ ਹੈ ਵੀ ਉਹਨੂੰ ਸੌਂਫ ਦਾ ਪਾਣੀ ਪੀਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈ ਵੀ ਜਿਹੜਾ ਬਲੱਡ ਦਾ 슈ਗਰ ਹੁੰਦੀ ਹੈ ਨਾ ਉਹਨੂੰ ਨਿਯੰਤਰਣ ਕਰ ਲੈਂਦੀ ਤਾਂ ਉਹਦੇ ਨਾਲ ਫਿਰ ਜਿਹੜੀ 슈ਗਰ ਹੈ ਉਹ ਨਹੀਂ ਵੱਧਦੀ ਤੇ ਨਾਲੇ ਮੋਟਾਪਾ ਨਹੀਂ ਵੱਧਦਾ ਤੇ ਇਸ ਲਈ ਇਹ ਜ਼ਰੂਰ ਪੀਣਾ ਚਾਹੀਦਾ